ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਹੋਰ ਠੀਕ ਠਾਕ ਹੋ? 3:20 ਹੋ ਗਏ ਅਤੇ ਸਨਾਨ ਆਪਾਂ ਕਰ ਲਿਆ। ਹੁਣ ਆਪਾਂ ਜਾਂਦੇ ਹਾਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ, ਅਤੇ ਉਹ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਲੰਗਰ ਦਾ ਮਾਹੌਲ। ਬਣੇ ਰਹੋ ਐਂਡ ਤੱਕ ਅਤੇ ਸਪੋਰਟ ਕਰਿਓ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਵਾਲੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਤੇ ਸੇਵਾ ਦਾ ਦੂਜਾ ਦਿਨ ਅੱਜ, ਅਤੇ ਅੱਜ ਆਪਾਂ ਚੱਲਿਆਂਗੇ ਦੁੱਧ ਦੀਆਂ ਛਿੱਲੀਆਂ ਲੈਣ। ਰਾਮੇ ਮੰਡੀ ਦੇ ਜਾਵਾਂਗੇ ਅਤੇ ਉੱਥੋਂ ਦੁੱਧ ਦੀਆਂ ਛਿੱਲੀਆਂ ਲੈ ਕੇ ਆਵਾਂਗੇ। ਅਤੇ ਸੇਵਾਦਾਰ ਦੇਖੋ ਤਿਆਰ ਪਰ ਤਿਆਰ ਨੇ ਸਾਰੇ, ਅਤੇ ਦੋ ਮਗਰ ਖੜ੍ਹੇ ਨੇ। ਅਤੇ ਇੱਥੋਂ 10-15 ਕਿਲੋਮੀਟਰ ਦੀ ਦੂਰੀ ਹੈਗੀ ਆ, ਅਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਉੱਥੋਂ ਦਿਖਾਵਾਂਗੇ ਛਿੱਲੀਆਂ ਲੈ ਕੇ ਆਵਾਂਗੇ। ਅਤੇ ਫਿਰ ਅੱਗੇ ਬਣਾਵਾਂਗੇ, ਅੱਜ ਤੁਹਾਨੂੰ ਦਿਖਾਵਾਂਗੇ ਲੰਗਰ ਦੇ ਆਪਣੇ 'ਚ ਕਿੰਨੀ ਕਰ। ਲਓ ਬਾਈ ਜੀ ਪਹੁੰਚ ਗਏ, ਅਤੇ ਹੁਣ ਆਪਾਂ ਜਾਵਾਂਗੇ ਮਿਲਕ ਡੈਰੀ 'ਚ। ਡੈਰੀ ਆ, ਪਤਾ ਨਹੀਂ ਕੀ ਆ ਉਹ, ਤਾਂ ਡੈਰੀ ਕਹਿ ਦਿੰਦੇ ਜੋ ਕਹੀ ਦਿੱਤਾ ਹੁਣ। ਇੱਥੇ ਨਾਲ ਹੀ ਆ, ਮੈਂ ਪਿਛਲੀ ਵਾਰ ਵੀ ਆਇਆ ਸੀ। ਇੱਧਰ ਪਟਰੀ ਆ ਗਈ, ਇੱਧਰ ਬੱਸ ਆ ਗਈ। ਚੱਲ ਬਾਈ ਇੱਥੋਂ ਜਿਹਾ ਬੋਲੂ ਨਾ ਚੱਕ ਦੱਸਿਆ ਤੈਨੂੰ, ਮੈਂ ਇੱਥੇ ਬੋਲਾ, ਇੱਥੋਂ ਜਿਹਾ ਫੇਰ ਬੋਲੂ, ਇੱਥੋਂ ਫੇਰ ਕਿਆ ਹੋਇਆ ਹੋਣਾ, ਕਿਆ ਹੋ ਹਾਂਜੀ ਸਵਾਗਤ ਵਾਸਤੇ ਕਿਹੜਾ ਰੱਖਣ ਦੇਖੋ ਹੁਣ ਉਹ ਜਾਰਾਣੀਆਂ ਕੋਲੇ ਲਾਓ, ਉਹ ਜਾਰਾਣੀਆਂ ਕੋਲੇ ਲਾਓ ਲਾਓ ਜੀ, ਇੱਥੋਂ ਚੱਕਾਂਗੇ ਆਪਾਂ। ਇੱਧਰ ਵੀ ਆ ਜਾਓ ਦੋ ਜਣੇ, ਤੇ ਹੁਣ ਇਹ ਜਾਂਦੇ ਨੇ ਦਰਸ਼ਨ ਕਰਨ ਆਏ ਸੀ, ਆਪਣਾ ਪਰਿਵਾਰ ਆ ਸਾਰਾ। ਲਓ ਜੀ ਪਰੌਂਠਿਆਂ ਦਾ ਲੰਗਰ ਚੱਲ ਪਿਆ, ਤੇ
ਸੰਗਤ ਆ ਚੁੱਕੀ ਆ ਤੇ ਦੇਖ ਸਕਦੇ ਹੋ ਪਰੌਂਠੇ ਦਹੀਂ ਤੇ ਚਟਨੀ ਦਾ ਲੰਗਰ ਆ ਇੱਧਰ ਬਾਬਾ ਲੱਗੇ ਮੈਂ ਇੱਧਰ ਸੇਵਾਦਾਰ ਲੱਗੇ ਹੋਏ ਦੇਖੋ ਸੇਵਾਦਾਰ ਸੇਵਾਦਾਰ ਸੇਵਾ ਕਰੀ ਜਾਂਦੇ ਨੇ ਤੇ ਸੰਗਤ ਪਛਾਣਾ ਛੱਡ ਜਾਂਦੀ ਆ ਭਾਂਡਿਆਂ ਦੀ ਸੇਵਾ ਚੱਲੀ ਜਾਂਦੀ ਆ ਇੱਧਰ ਪ੍ਰਸ਼ਾਦਾਂ ਦੀ ਸੇਵਾ ਇੱਧਰ ਹਲਵਾਈ ਭਾਈਆਂ ਦੇ ਦਾਲ ਸਬਜ਼ੀ ਹਲਵਾਈ ਬਣਾਉਂਦੇ ਉੱਧਰ ਮਿਸਤਰੀ ਸਾਹਿਬ ਬੈਠੇ ਨੇ ਅਤੇ ਇੱਧਰ ਬਾਬਾ ਜੀ ਹੋਰ ਬੈਠੇ ਨੇ ਸਾਰੇ ਦੇਖੋ ਤੁਸੀਂ ਸਾਰੇ ਬਹੁਤ ਵਧੀਆ ਲੰਗਰ ਚੱਲ ਰਿਹਾ ਬਹੁਤ ਪਿੰਡ ਦਾ ਸਹਿਯੋਗ ਆ ਸਾਰੇ ਬੜੀ ਸ਼ਰਧਾ ਨਾਲ ਸੇਵਾ ਕਰੀ ਜਾਂਦੇ ਨੇ ਅਤੇ ਬਹੁਤ ਬਹੁਤ ਵਧੀਆ ਲੱਗਦਾ ਦੇਖੋ ਵੀ ਸਾਰਿਆਂ ਨੇ ਆਪਦੀਆਂ ਆਪਦੀਆਂ ਡਿਊਟੀਆਂ ਸਾਂਭ ਰੱਖੀਆਂ ਨੇ ਅਤੇ ਸਾਰੇ ਬਹੁਤ ਰਲ ਮਿਲ ਕੇ ਸੇਵਾ ਕਰੀ ਜਾਂਦੇ ਆਪਦੀ ਆਪਦੀ ਜ਼ਿੰਮੇਵਾਰੀ ਸਮਝਦੇ ਨੇ ਉੱਧਰ ਪਛਾਦੇ ਤਿਆਰ ਹੋਈ ਜਾਂਦੇ ਆ ਅਤੇ ਇੱਧਰ ਬਾਈ ਹੋਰੇ ਹਲਵਾਈ ਜੋ ਸਾਰਾ ਸਮਾਨ ਤਿਆਰ ਕਰਦੇ ਨੇ ਠੀਕ ਹੈ ਜੀ ਇੱਧਰ ਰਮਦਾਨ ਬਾਦਾਂ ਤੁਸੀਂ ਦੇਖ ਸਕਦੇ ਹੋ ਸਭ ਨੇ ਆਪਦੇ ਆਪਦੇ ਕੰਮ ਸਾਂਭ ਰੱਖੇ ਨੇ ਲੇਕਿਨ ਸਾਰੀ ਸੰਗਤ ਇੱਧਰ ਭਾਂਡੇ ਦੀ ਸੇਵਾ ਚੱਲੀ ਜਾਂਦੀ ਆ ਦੇਖੋ ਅਤੇ ਸਪੋਰਟ ਕਰਿਓ ਸ਼ੇਅਰ ਕਰਿਓ ਮਤਲਬ ਦੀ ਸੁਣ ਕੇ ਜਾਈ ਜਵਾਨਾ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ ਗੱਲ ਤੇਰੇ ਮਤਲਬ ਦੀ ਸਬਰ ਕਰੇ ਕੋਈ ਚੀਜ਼ ਨੀ ਥੁੜਦੀ ਸਬਰ ਕਰੇ ਕੋਈ ਚੀਜ਼ ਨੀ ਥੁੜਦੀ ਟੁੱਟੀ ਭੱਜੀ ਵੰਗ ਨੀ ਜੁੜਦੀ ਟੁੱਟੀ ਭੱਜੀ ਵੰਗ ਨੀ ਜੁੜਦੀ ਜੋ ਨਿਕਲੀ ਗੱਲ ਨੀ ਮੁੜਦੀ ਮੁੜਦਾ ਨਹੀਂ ਬਿਆਨਾ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ ਗੱਲ ਤੇਰੇ ਮਤਲਬ ਦੀ ਪਰਖੇ ਬਾਜੋ ਮੀਤ ਬੁਰੇ ਨੇ ਪਰਖੇ ਬਾਜੋ ਮੀਤ ਬੁਰੇ ਨੇ ਮਾੜੇ ਗਾਉਣੇ ਗੀਤ ਬੁਰੇ ਨੇ ਮਾੜੇ ਗਾਉਣੇ ਗੀਤ ਬੁਰੇ ਨੇ ਸੱਜਣਾ ਟੁੱਟਣੇ ਰੀਤ ਬੁਰੇ ਨੇ ਦੱਸਦਾ ਸੀ ਗੱਲ ਨਾਨਾ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ ਗੱਲ ਤੇਰੇ ਮਤਲਬ
ਕਰਦਾ ਪੜਦਾ ਦੱਸਣਾ ਮਾੜਾ, ਕਰਦਾ ਪੜਦਾ ਦੱਸਣਾ ਮਾੜਾ, ਆਪੇ ਗੱਲ ਕਰ ਹੱਸਣਾ ਮਾੜਾ, ਆਪੇ ਗੱਲ ਕਰ ਹੱਸਣਾ ਮਾੜਾ, ਸੱਜਣਾ ਡਰ ਕੇ ਵਸਣਾ ਮਾੜਾ, ਸਿਰ ਤੇ ਵਹੇ ਬਗਾਨਾ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ, ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ, ਗੱਲ ਤੇਰੇ ਮਤਲਬ ਦੀ ਮੇਰਾ ਚੰਗਾ ਜੰਗ ਦਾ ਨਾ ਮੇਰਾ ਚੰਗਾ ਜੇ ਕਲੇ ਸਭ ਕਜੇ, ਉਦਮੀ ਦਾ ਚੰਦ ਚੰਗਾ, ਬਾਬੂ ਜੀ ਦਾ ਚੰਦ ਚੰਗਾ, ਆਮਦਾ ਆਨੰਦ ਚੰਗਾ ਲਾਉਂਦਾ ਸੋਹਣੀ ਤੋਂ ਕਜੇ, ਲਹਿਰ ਨੂੰ ਬਰਮ ਚੰਗੀ ਚਾਸ਼ਕੀ ਗਰਮ, ਚੰਗੀ ਬੇਟੀ ਨੂੰ ਸ਼ਰਮ, ਜੂਤ ਪੈਂਦੇ ਰਹਿਣ ਗੋਲੇ ਨੂੰ, ਚੰਗਾ ਮੇਰੇ ਨੂੰ ਸਜਾਗ, ਚੰਗਾ ਪੈਰੇ ਨੂੰ ਮਸਾਲਾ, ਚੰਗਾ ਟੈਰੇ ਨੂੰ ਬਨੌਲੇ, ਚੰਗੇ ਖੋਲੇ ਨੂੰ ਨਗਰ ਆਬਾਦ ਤੇ ਜਮਾਦ ਵਿੱਚ ਖਾਦ, ਚੰਗਾ ਘਿਓ ਤੋਂ ਸਵਾਦ, ਚੰਗਾ ਗਾਲਾਂ ਦਾ ਬਚੋਲੇ ਨੂੰ, ਬਾਬੂ ਜੀ ਸਲਾਹੀ ਚੰਗਾ ਤੇ ਗੁਜਰ ਵਾਹੀ, ਚੰਗਾ ਯਾਰ ਬਸ ਪਾਹੀ, ਚੰਗਾ ਯਾਰ ਪਾਂਦੇ ਟੋਲੇ ਨੂੰ, ਤੇਰੇ ਦਾਰੇ ਆ ਕੇ ਘਾਟਾ ਰਹੇ ਕਿਸੇ ਚੀਜ਼ ਦਾ ਨਾ, ਸਾਹਿਬ ਦੀ ਤੂੰ ਪੂਰੀ ਕਰੇ ਨੀੜ ਮੇਰੇ ਦਾਤਿਆ, ਹੜ ਕੇ ਸਵਾ ਚ ਰੱਖ ਚਰਨਾਂ ਚ ਧਿਆਨ, ਤੇਰੇ ਕਾਵਤਾ ਦੀ ਫਿੱਟ ਕਰ ਲੀੜ ਮੇਰੇ ਦਾਤਿਆ, ਮੈਮਰੀ ਵਧਾ ਦੇ ਸਾਡੇ ਉੱਜਲੇ ਦਿਮਾਗ, ਹੁਣ ਪੜ ਸੁਣ ਗਿਆਨ ਹੋ ਜੇ ਫੀੜ ਮੇਰੇ ਦਾਤਿਆ, ਗੁੜ ਬਾਣ ਸੇਵਾ ਕਰੇ ਸਾਹਿਤ ਕਵੀ ਸ਼ਰੀ ਦੀ ਰੇਵਤੀ, ਜਮੇਰ ਬੀਜਾ ਸੀੜ ਮੇਰੇ ਦਾਤਿਆ, ਇੱਕ ਮੁੱਠੀ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚ ਕੂਰ ਕੂਰ, ਮੌਤ ਨੂੰ ਡਰਾਵੇ ਤੇਰਾ ਖਾਲਸਾ, ਪੰਜ ਘੁੱਟ ਪੀ ਕੇ ਤੇਰੇ ਬਾਟੇ ਚੋਂ ਪਰੇਮ ਵਾਲੇ, ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਸੰਗਤਾਂ ਦੀ ਤੂੜੀ ਵਿੱਚੋਂ ਤੂੜੀ ਲੈ ਕੇ ਜੋੜਿਆਂ ਦੀ ਠੋਕਰਾਂ, ਬਾਬੀਆਂ ਨੂੰ ਲਾਵੇ ਤੇਰਾ ਖਾਲਸਾ, ਪੈ ਜਾਵੇ ਲੋੜ ਜੇ ਨਿਸ਼ਾਨਿਆਂ ਨੂੰ ਪਰਖਣੇ ਦੀ, ਗੋਲੀਆਂ ਦੇ ਮੂਹਰੇ ਕਢਾਵੇ ਤੇਰਾ ਖਾਲਸਾ, ਗੋਲੀਆਂ ਦੇ ਮੂਹਰੇ ਕਢਾਵੇ ਤੇਰਾ ਖਾਲਸਾ, ਗੋਲੀਆਂ ਦੇ ਮੂਹਰੇ ਕਢਾਵੇ ਤੇਰਾ ਖਾਲਸਾ, ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਐਂ ਕਹਿੰਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ, ਉਦੋਂ ਨਾਲ ਬੁਲਾਇਆ ਕਰੋ, ਬਿਮਾਰੀਆਂ ਹਟਣਗੀਆਂ। ਘਰੇ ਜੇ ਕਰਜ਼ਾ ਦੇਣਾ ਕਿਸੇ ਦਾ, ਕਰਜ਼ਾ ਉਤਰੂਗਾ। ਇਹ ਬਰਕਤ ਵਾਲੇ ਸ਼ਬਦ ਨੇ, ਬਰਕਤ ਵਾਲੇ। ਅਤੇ ਜਦੋਂ ਅਸੀਂ ਐਂ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਾਰਿਆਂ ਨੇ ਨਾਲ ਬੋਲਣਾ। ਜਦੋਂ ਫਤਿਹ ਬੁਲਾਉਣੀ ਹੈ ਨਾਲ ਬੋਲਣਾ, ਜਿਹਦੀ ਜ਼ਬਾਨ 'ਚ ਫਤਿਹ ਉਹਦੀ ਮੈਦਾਨ 'ਚ ਫਤਿਹ। ਦਸਵੇਂ ਪਾਤਸ਼ਾਹ ਕੋਲੇ ਜੇ ਇੱਕ ਬੰਦਾ ਰਹਿ ਜਾਂਦਾ ਨਾ ਜੰਗ 'ਚ ਇੱਕ, ਅਤੇ ਉਹਨਾਂ ਨੇ ਕਦੇ ਇੱਕ ਨੂੰ ਇੱਕ ਨਹੀਂ ਆਖਿਆ ਸੀ, ਨਾ ਆਪਦੇ ਸੇਵਕਾਂ ਨੂੰ ਕਹਿਣ ਦਿੱਤਾ ਸੀ। ਉਹਨਾਂ ਨੇ ਇੱਕ ਦਾ ਨਾਂ ਧਰਿਆ ਸੀ ਸਵਾ ਲੱਖ, ਕਹਿੰਦੇ ਸਾਡੇ ਕੋਲ ਸਵਾ ਲੱਖ ਫੌਜ ਹੈ। ਅਤੇ ਸੱਚੀ ਇੱਕ ਇੱਕ ਬੰਦਾ ਸਵਾ ਸਵਾ ਲੱਖ ਨਾਲ ਲੜ ਗਿਆ ਚਮਕੌਰ ਦੀ ਕੜੀ 'ਚ। ਅਤੇ ਜੇ ਕਦੇ ਛਾਬੇ ਦੇ ਵਿੱਚ ਇੱਕ ਪ੍ਰਸ਼ਾਦਾ ਰਹਿ ਜਾਂਦਾ, ਬਹੁਤ ਵਾਰੀ ਮਹਾਰਾਜ ਦੇ ਸਿੱਖ ਭੁੱਖੇ ਰਹੇ, ਰੱਜੇ ਤਾਂ ਥੋੜ੍ਹੇ ਟਾਈਮ 'ਚ ਹੀ ਨੇ ਵਿਚਾਰੇ, ਉਹ ਤਾਂ ਰੂਹ ਦੇ ਰੱਜੇ ਹੋਏ ਸੀ, ਉਹ ਤਾਂ ਭੁੱਖੇ ਹੀ ਰਹਿੰਦੇ ਰਹੇ ਨੇ। ਉੱਥੇ ਜਦੋਂ ਆਨੰਦਪੁਰ ਘੇਰਾ ਪਿਆ, ਉਦੋਂ ਛੋਲਿਆਂ ਦੀ ਇੱਕ ਪ੍ਰਾਂਤ ਪਹੁੰਚਦੀ, ਕਹਿੰਦੇ ਪ੍ਰਾਂਤ ਆ ਆਪਾਂ ਕਵਿਤਾ ਗਾਈ ਹੈ ਨਾ, ਇੱਕ ਮੁੱਠੀ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਇੱਕ ਪ੍ਰਾਂਤ ਪਹੁੰਚਦੀ ਛੋਲਿਆਂ ਦੀ, ਭੁੱਜੇ ਛੋਲਿਆਂ ਦੀ, ਤੇ ਉਹਦੇ ਨਾਲ ਮੁੱਠੀ ਮੁੱਠੀ ਆਉਂਦੀ ਆ, ਤੇ ਜਿੰਨਿਆਂ ਨੂੰ ਆ ਜਾਂਦੀ ਉਹ ਤਾਂ ਛਕ ਲੈਂਦੇ, ਬਾਕੀ ਐਂ ਕਹਿ ਕੇ ਸਬਰ ਕਰ ਲੈਂਦੇ ਵੀ ਲੰਗਰ ਤਾਂ ਮਸਤਾਨਾ ਹੋ ਗਿਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਮਹਾਂਸਵਾ ਦਾ ਸੱਚੇ ਪਾਤਸ਼ਾਹ ਇਹ ਮਸਤਾਨਾ ਕਿੰਨਾ ਕੁ ਚਿਰ ਹੋਊਗਾ,
ਤੇ ਮਹਾਰਾਜ ਕਹਿੰਦੇ ਭਾਈ ਹਜੇ ਭੀੜ ਦਾ ਟਾਈਮ ਹੈ, ਮਸਤਾਨਾ ਹੋਊਗਾ, ਪਰ ਜਦੋਂ ਇਹ ਟਾਈਮ ਚਲਿਆ ਗਿਆ ਨਾ ਫਿਰ ਮੇਰੇ ਬੱਚੇ ਲੰਗਰ ਸਜਾਇਆ ਕਰਨਗੇ, ਚਾਹੇ ਹੜੌਲੀ ਵਾਲੇ ਸਜਾਉਣ, ਚਾਹੇ ਤਲਵੰਡੀ ਸਾਹਿਬ ਵਾਲੇ ਸਜਾਉਣ, ਚਾਹੇ ਬਹਿਮਣ ਵਾਲਿਆਂ ਦਾ ਲੰਗਰ ਹੋਵੇ, ਕਿਸੇ ਦਾ ਲੰਗਰ ਮਸਤਾਨਾ ਨਹੀਂ ਹੋਊਗਾ, ਲੰਗਰ ਬਚੂਗਾ, ਅਤੁੱਟ ਵਰਤੂਗਾ, ਅਤੁੱਟ। ਹੁਣ ਗੁਰੂ ਕੇ ਲੰਗਰ ਅਤੁੱਟ ਵਰਤਦੇ ਨੇ, ਤੇ ਅਤੁੱਟ ਕਿਉਂ ਵਰਤਦੇ ਨੇ? ਪਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ, ਸ਼ਬਦ ਅਫੁੱਟ ਬਾਬਾ ਨਾਨਕਾ ਖਾਹੇ ਕਰ ਚ ਧਨ ਮਾਲ।